अस्सलाम वालेकुम नाज़रीन, अगर आपने मेरा चैनल सब्सक्राइब नहीं किया तो अभी सब्सक्राइब कीजिए और घंटी वाले बटन पे क्लिक कीजिए। अस्सलाम वालेकुम, ये जगह कलर कहार की जगह है। यहाँ पे अरकियात वगैरह निकलते हैं जो कि बहुत ही फेमस और मशहूर हैं। ये ऊपर दरबार है और ये मदरसा बन रहा है, मस्जिद है, और नीचे जो है ये यहाँ पे अरकियात जो है वो यहाँ पे निकाले जाते हैं। यहाँ पे अभी कोई चीज़ तैयार हुई है, इनसे पूछते हैं कि क्या चीज़ तैयार की है इन्होंने। अस्सलाम वालेकुम, नाम क्या है जी थोड़ा? मोहम्मद अख्तर। ਤੁਸੀਂ ਇੱਥੇ ਇਹ ਜਿਹੜੀ ਕਲਾਕਾਰ ਦੀ ਜਗ੍ਹਾ ਮੋਹਰਾਂ ਦੀ ਸਰਕਾਰ ਕੋਲ ਥੱਲੀ ਸਾਈਡ 'ਤੇ ਤੁਸੀਂ ਮਤਲਬ ਕਿਸ ਦੀ ਬੱਟੀ ਲਾਈ ਹੈ? ਤੁਸੀਂ ਤਿਆਰ ਸਹੀ ਹੈ, ਹੋਰ ਕਿਹੜੀ ਕਿਹੜੀ ਚੀਜ਼ ਇੱਥੇ ਤਿਆਰ ਕਰਦੇ ਹੋ? ਸਿਰਫ ਅਰਕ ਤਿਆਰ ਹੁੰਦਾ, ਅਰਕ ਤਕਰੀਬਨ ਹਰ ਕਿਸਮ ਦਾ ਅਰਕ ਤਿਆਰ। ਕਿਸ ਕਿਸਮ ਦਾ ਮਤਲਬ? ਮਤਲਬ ਕਿ ਇੱਕ ਅਰਕ ਗੁਲਾਬ ਹੈ, ਸਹੀ ਹੈ, ਇੱਕ ਜਵੈਣ ਦਾ ਅਰਕ, ਉਸਾਂ ਚਵਰਕਾ ਦੇ, ਚਾਰ ਚੀਜ਼ਾਂ ਹੋਰ ਅਸੀਂ ਪਾਉਂਦੇ ਹਾਂ ਅਸੀਂ, ਜਿਹੜੀ ਬੂਟੀਆਂ ਜਿਹੜੀਆਂ ਅਸੀਂ, ਸੌਂਫ ਹੈ, ਪੂਦਨਾ, ਏਕੜ, ਫਲਾਈ, ਅਕਸਨ। मल्ली बाजी सही हो गया। ਔਰ ਇਹ ਬੇਕੜ ਹੈ, ਬੇਕੜ ਤਕਰੀਬਨ ਹਰ ਦਵਾਈ ਪਾਉਂਦਾ, ਇਹ ਜਿਹੜਾ ਬੇਕੜ ਦੇਸੀ ਬੇਕੜ ਜਿਹੜਾ ਇਹ ਪਹਾੜਾਂ ਦੇ ਨਾਲ ਨਾਲ ਸਾਹਮਣੇ ਦੇਖੋ ਨਾ, ਸਭ ਸਭ ਛੋਟੇ ਛੋਟੇ ਦਰਖਤ ਲੱਗੇ। ਠੀਕ ਹੈ, ਇਹ ਜਿਹੜਾ ਮਤਲਬ ਪਹਾੜਾਂ ਨਾਲ ਨਾਲ ਫਲਾਈ ਬੂਟੇ ਦਾ ਹੋਣ, ਬੇਕੜ ਜਿਹੜਾ ਥੋੜਾ ਜਿਹਾ ਹਲਕਾ ਦਰਖਤ, ਛੋਟਾ ਪੌਦਾ। ਸਹੀ ਹੋ ਗਿਆ। ਇਸ ਤਰ੍ਹਾਂ ਚੀਜ਼ਾਂ ਹੋਰ, ਇਸ ਤੋਂ ਇਲਾਵਾ ਇਹ ਜਵੈਣ ਪੈਂਦੇ ਨੇ, ਜਵੈਣ ਹੋ ਗਈ, ਜਵੈਣ ਹੈ, ਸਾਫ ਪੂਦਨਾ, ਪੂਦਨਾ ਲਾ ਨਹੀਂ ਆਇਆ, ਸਹੀ, ਮੈਂ ਸਾਫ ਕਰਸਾਂ ਫਿਰ ਲੈ ਜਾਵਾਂ। ਠੀਕ ਹੈ, ਇਹ ਹੁਣ ਸੁਬਾ ਦਾ ਮਾਲ ਤਿਆਰ ਕਰ ਕੇ ਰੱਖਾਂ ਵਾਸਤੇ ਜੀ, ਬੰਦ ਕਰਸਾਂ ਹੁਣ, ਸਹੀ ਹੈ, ਸੁਬਾ ਅਜ਼ਾਨ ਦੇ ਟਾਈਮ ਤੇ ਅਗ ਲਗਾਉਂ, ਸਹੀ ਹੈ, ਇਸ ਭੱਠੀ ਵਿੱਚ ਇਹ ਇੱਕ ਵਿੱਚ ਹੁਣ ਨਿਕਲ ਰਿਹਾ ਚਵਰਕਾ, ਸਹੀ, ਜਵੈਣ ਇਹਦਾ ਹੁਣ ਚਵਰਕਾ ਨਿਕਲਿਆ, ਸਾ ਚਵਰਕਾ ਹੁੰਦਾ, ਉਹ ਜਿਹੜਾ ਪੇਟ ਦੇ ਦਰਦ ਵਾਸਤੇ ਹੈ, ਪੇਟ ਦੇ ਦਰਦ ਹੋ ਗਈ, ਸੀਨੇ ਦੀ ਜਲਨ ਹੋ ਗਈ, ਸਹੀ ਹੈ, ਇਹ ਚੀਜ਼ਾਂ ਰੋਟੀ ਅਗਰ ਨਹੀਂ ਹੋ ਰਹੀ ਹਾਜ਼ਮੇ ਵਾਸਤੇ, ਸਹੀ ਹੋ ਗਿਆ, ਇਹ ਚੀਜ਼ਾਂ ਇਸ ਵਾਸਤੇ ਠੀਕ ਹੋ ਗਿਆ। ਅੱਛਾ, ਇਹਦੇ ਵਿੱਚ ਤਕਰੀਬਨ ਤੁਸੀਂ ਕੁਆਂਟੀਟੀ ਕਿੰਨੀ ਪੈਂਦੇ ਹੋ? ਦੇਖ ਕਿਤਨੇ ਕਿਲੋ ਦੀ ਤੁਸੀਂ ਹਿਸਾਬ? ਇਹ ਮਣ ਦੀ ਦੇਗ ਹੈ, ਇੱਕ ਮਣ, ਇੱਕ ਮਣ ਦਾ ਮਟੀਰੀਅਲ, ਇਸੇ ਮਟੀਰੀਅਲ ਇਸ ਪਾਣੀ ਆ ਤਕਰੀਬਨ ਉਹ ਫੀ ਭੱਠੀ 2 ਕਿਲੋ ਜਵੈਣ, ਸਹੀ, ਯਾਨੀ ਇਹ ਜਿਹੜੀ ਗਾਗਰ ਹੈ, ਠੀਕ ਹੈ, ਐਂਡ ਵਿਊ ਪ੍ਰਾਈਸ ਇਹ ਗਾਗਰ, ਇਹ ਗਾਗਰਾ 40 ਲੀਟਰ, ਸਹੀ ਹੋ ਗਿਆ, 40 38 ਲੀਟਰ, 40 ਨਹੀਂ ਸਾਰੀ, ਸਹੀ, ਇਹ 38 ਲੀਟਰ ਦੀ ਗਾਗਰ ਹੈ, ਠੀਕ ਹੈ, ਇਹ ਸੀ ਘੜਾ 2 ਕਿਲੋ ਜਵੈਣ, ਬਾਕੀ ਜਿਹੜੀ ਬੁੜੀਆਂ ਤੋਂ ਇਲਾਵਾ 2 ਕਿਲੋ ਜਵੈਣ ਦਾ ਅਰਕ ਹੋਣੇ ਦਾ ਜੀ ਨਾਲੇ ਦੇ ਸਾਥ 2 ਕਿਲੋ ਜਵੈਣ ਦਾ, ਸਹੀ ਹੈ, ਜਵੈਣ ਅਸੀਂ ਇਕੱਠੀ ਪਾਉਂਦੇ ਹਾਂ, ਸਹੀ ਹੈ, ਉਹ ਸਾਰਾ ਇਕੱਠੇ ਅਗਰ 4 ਵੱਜੇ ਕਰੀਆਂ 8 ਕਿਲੋ ਜਵੈਣ, ਸਹੀ ਹੋ ਗਿਆ, ਜਵੈਣ ਦੇਸੀ ਜਵੈਣ, ਜਵੈਣ ਦੇਸੀ, ਸਹੀ, ਕੋਈ ਹੋਰ ਚੀਜ਼ ਇੱਥੇ ਸ਼ਾਮਿਲ ਨਹੀਂ ਹੁੰਦੀ, ਕੈਮੀਕਲ ਕੋਈ ਕੈਮੀਕਲ ਨਹੀਂ, ਬਿਲਕੁਲ ਠੀਕ ਹੈ। ਇਹ ਹੋ ਗਏ ਚਵਰਕਾ। ਅੱਛਾ, ਪਰ ਇਹ ਜਿਹੜਾ ਅਸੀਂ ਉਹ ਪੂਰਨਾ ਲੈ ਕੇ ਸਾਂ, ਉਹ ਇੱਕ ਦੇ ਚਵਰਕੇ ਦੀ ਲੱਗਣੀ ਹੈ ਬੱਠੀ, ਦੂਸਰੀ ਲੱਗਣੀ ਪੂਰਨੇ ਦੀ, ਪੂਰਨੇ ਦੀ, ਉਸੇ ਦੇਸੀ ਪੂਰਨਾ, ਸਹੀ, ਉਹਦਾ ਅਰਕੜ ਦੇ ਉਸ ਤਿਆਰ ਪਾਉਂਦਾ, ਉਹ ਇੱਕ ਤਾਂ ਹੁੰਦਾ ਜਿਹੜਾ ਕਹਿ ਹੁੰਦੀ ਹੈ ਨਾ ਬਣੀ ਜੀ ਜੀ, ਇਹ ਉਸ ਵਾਸਤੇ ਆਉਂਦਾ, ਸਹੀ, ਕਹਿ ਰੁਕੇ ਨਾ ਰੁਕੇ ਤੂੰ ਪੂਰੀਆਂ ਦਾ ਰੱਖਣ, ਯਾਨੀ ਕਿ ਗੈਸ ਇਹ ਬਣ ਜਾਂਦੀ ਹੈ, ਹਾਂਜੀ ਹਾਂਜੀ, ਉਲਟੀ ਨਾ ਰੁਕਦੀ ਹੋਵੇ, ਉਲਟੀ ਨਾ ਰੁਕੇ, ਸਹੀ, ਗੈਸ ਨੂੰ ਖਤਮ ਕਰਨਾ, ਠੀਕ ਹੋ ਗਿਆ, ਪੂਰੀਆਂ ਦਾ ਹੋਰ ਵੀ, ਅੱਛਾ, ਉਸ ਦਾ ਤੇਲ ਵੀ ਕੱਢਦੇ ਹੋ ਜਿਹੜਾ ਆਇਲ ਹੁੰਦਾ ਉਸ ਦਾ? ਤੇਲ ਅੱਜ ਸਿਰਫ ਫਰਕ ਕਰ ਗਿਆ। ਅੱਛਾ, ਤੇਲ ਵਾਸਤੇ ਬਹੁਤ ਜ਼ਿਆਦਾ ਸਮਝੇ ਰਾਨ ਵਾਲਾ ਪ੍ਰੋਸੈਸ ਕਰਨਾ ਪਊਗਾ, ਪ੍ਰੋਸੈਸ ਕਰਨਾ ਪਊਗਾ। ਅੱਛਾ, ਇਹ ਜਿਹੜੀ ਥੱਲੇ ਜਗ੍ਹਾ ਤੁਸੀਂ ਬਣਾਈ ਵੀ ਹੈ, ਹੈ ਉਹਦੀ ਜੀ, ਇਸ ਦਾ ਕੀ ਮਕਸਦ ਹੈ? ਇਹ ਜੇ ਜਿਸੇ ਮਟੀਰੀਅਲ ਪਾ ਦਿੱਤਾ ਸਾਂ, ਠੀਕ ਹੋ ਗਿਆ, ਇਹ ਮਟੀਰੀਅਲ ਪੈ ਗਿਆ, ਸਹੀ ਹੋ ਗਿਆ, ਬਾਲਟੀ ਨਾਲ ਬੰਦ ਕਰ ਦਿੱਤਾ, ਸਹੀ ਹੈ, ਇਹ ਮਟੀਰੀਅਲ ਪਾਇਆ ਹੋਇਆ ਜਿਹੜਾ ਇਸ ਨੂੰ ਸਾਫ਼ ਕਰਤਾ ਸੀ। ਅੱਛਾ, ਇਹ ਜਿਹੜਾ ਇਸ ਤੁਸੀਂ ਕੱਢ ਰਹੇ ਹੋ, ਇਹ ਮਸੇ ਨਿਕਲ ਗਿਆ, ਸਹੀ ਹੈ, ਇਹ ਹੁਣ ਸਫਾਈ ਕਰਨੀ ਅਸੀਂ, ਠੀਕ ਹੈ, ਬਿਲਕੁਲ ਸਾਫ਼ ਕਰਕੇ ਤਾਂ ਦਾ ਪਾਣੀ ਸਾਫ਼ ਪਾ ਕੇ, ਸਹੀ ਹੈ, ਫਿਰ ਮਟੀਰੀਅਲ ਅਸਾਂ ਪਾਉਣਾ। ਅੱਛਾ ਅੱਛਾ, ਉਹ ਜਿਹੜੇ ਤੁਸੀਂ ਮਟੀਰੀਅਲ ਪਹਿਲਾਂ ਮਟੀਰੀਅਲ ਜੇ ਵਿਖਾਇਆ, ਉਹ ਸਹੀ ਹੈ, ਉਹ ਸੇਮ ਹੁਣ ਉਹਦੇ ਮਤਲਬ ਅਰਕ ਨਿਕਲਿਆ, ਹਾਂ, ਇਹ ਸਾਰਾ ਨਿਕਲ ਗਿਆ, ਇਹ ਜਿਹੜੀ ਉੱਤੇ ਬਾਲਟੀ ਦਾ ਸੁਰਾਖ ਹੈ, ਇਹਨੂੰ ਬੰਦ ਕਰ ਦਿੱਤਾ, ਸਾਹ ਬੰਦ ਹੋ ਗਿਆ, ਔਰ ਮਿੱਟੀ ਨਾਲ, ਮਿੱਟੀ ਨਾਲ ਬੰਦ ਕਰ ਦਿਓ, ਮਿੱਟੀ ਸਾਇਡ ਤੇ ਲਾਉਂਦੇ, ਹਾਂਜੀ ਹਾਂਜੀ, ਸਾਇਡ ਤੇ ਮਿੱਟੀ ਤੇ ਸਾਹ ਬੰਦ ਹੋ ਗਿਆ, ਹਵਾ ਆ ਗਈ,
ਸਾਰਾ ਇੱਥੇ ਤਿਆਰ ਹੋ ਗਿਆ।
ਉਹ ਮਟੀਰੀਅਲ ਆਪਣਾ ਦੇ ਦੇਣ ਮਟੀਰੀਅਲ ਆਪਣਾ ਦੇ ਸੋ ਸਹੀ ਹੈ ਮੈਂ ਮਾਲ ਤਿਆਰ ਹੈ ਜੀ ਦੁਕਾਨ ਤੇ ਅੱਗੋਂ ਫਿਰ ਮਜ਼ਦੂਰੀ ਵਗੈਰਾ ਉਹ ਲੈ ਲੈਂਦੇ ਨੇ ਦੁਕਾਨ ਮਜ਼ਦੂਰ ਮੈਂ ਆਪਣੀ ਮਜ਼ਦੂਰੀ ਲੈ ਸਾਂ ਸਹੀ ਬਾਕੀ ਉਹ ਤੁਸੀਂ ਦਿਹਾੜੀ ਤੇ ਕੰਮ ਕਰ ਰਹੇ ਹੋ ਜਾਂ ਮਹੀਨੇ ਅਸੀਂ ਦਿਨ ਦੇ ਸਾਥ ਹੈ ਸਾਡੇ ਇਸ ਮਟਕੇ ਦੇ ਸਾਥ ਸਹੀ ਹੈ ਕਸ਼ਮਾ ਦੇਖਾਂ ਤੂੰ ਕੀ ਅੱਛਾ ਇਹ ਜਿਹੜਾ ਸਿਮਾ ਛੋਟਾ ਜਿਹਾ ਅੱਛਾ ਇਹ ਕੀ ਕੋ ਆ ਰਿਹਾ جگہ بنائی گئی ہے ٹھیک ہے جی اچھا جی یہ چشمہ جی بالکل پانی دے چشمہ قدرتی طور پہ اتنے نکلتا کوئی مطلب ہے پہاڑ نہیں ہے پچھو کوئی جگہ تو آبشار نہیں ہے ٹھیک ہے قدرتی طور پہ اللہ پاک نے اتنے نعمت دیتی ہے اور یہ چشمہ جڑا اتوں بہ کے تے انہوں نے ایسا سیٹ اپ لایا کہ اتوں جڑا پانی فلو کردا وہ دے نال یہ اپنے ارک چورکے دے جتنے بھی وہ پروسیس ہے اس نوں ٹھنڈا بھی کردے نے اور اے نال پچھے پاسے سروس سٹیشن بنیا اس دی سائڈ دے یہ سروس سٹیشن بھی جڑا اسی پانیوں تو چل رہا گندا پانی اس تے باقی تے جو یہ جڑا پانی ہے یہ کیڑی سائڈ تے جا رہا تلا تھلے بڑا چشمہ ہے نا بڑا چشمہ جڑا جی جی یہ اسی جا رہا ہے یہ جے دربار دے تھلی سائڈ تے سائڈ تے آ رہا ہے او نالا جا جی جی اسی جے پانی سارا اسی جا اچھا اگر ادے ضرورت ہے باغ جڑے باغ لگے جی جی اس دا ایریا صحیح ہے ایریا تک یہ جا سکتا ہے صحیح ہے تھلے نہیں جانا پانی ٹھیک یہ تو تقریباً ایک سو تقریباً ہو سی 500 میٹر صحیح ہے 500 میٹر 700 میٹر تک یہ نال لوکاٹن دے باغ لگے ہیں صحیح ہے یہ تقریباً کتنا بڑا باغ ہے یہ باغ ہر بندے دی اپنی ملکیت ہے کسی دا 4 مرلے ہے کسی دا 10 مرلے ہے کسی دا کنال ہے کسی دا 2 کنال ہے اس طرح مطلب ایک بندے دا نہیں ہے پلانٹیشن نہیں ہے ٹھیک ہے جی چلو جی آج کافی معلومات مل رہی ہے اللہ پاک سن خوش رکھے کہ سانوں ٹائم دیتا ہوں ٹائم مغرب کا ہو گیا نماز بھی پڑھنی ہے تو بڑی مہربانی شکریہ ایک بار پھر جڑا میں دسے سا کہ یہ کلر کہار کی جگہ جتوں کا ارک چورکا بہت مشہور ہے اور چکوال دی ایک پرانی ثقافت ہے جڑا کہ اسی اس کو اجاگر کرنا سے اتنے اسپیشل آئے ہاں اور چاچیاں کا اسپیشل تھینکس ہے اور شکریہ اسی ادا کرنا چاہواں گے نا دسے ایک دفعہ محمد صفدر انہوں کا نام ہے انہوں نے تھوڑا جہا ٹائم دتا جی سانو تو بڑی مہربانی شکریہ تو ہوں اسی تھوڑے کو اجازت چاہواں گے اللہ حافظ